हां जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰ ਲਓ ਤੇ ਵੀਡੀਓ ਜਿਹੜੀ ਹੈ ਜੀ ਚੰਗੀ ਲੱਗੀ ਤਾਂ ਲਾਈਕ ਜਰੂਰ ਕਰ ਦਿਆ ਕਰੋ ਤੇ ਹੋ ਸਕੇ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਾਨੂੰਨੀ رائے ਇੱਕ ਟੈਲੀਵਿਜ਼ਨ ਦਾ ਜਿਹੜਾ ਕੀ ਟੈਕਸ ਦੇਣਾ ਪੈਂਦਾ ਹੈ ਇਟਲੀ ਦੇ ਵਿੱਚ ਚੱਲਦਾ ਹੈ ਹੁੰਦਾ ਕੀ ਹੈ ਕਿ ਪਹਿਲਾਂ ਲੋਕ ਜਿਹੜਾ ਇਹ ਟੈਕਸ ਨਹੀਂ ਦਿੰਦੇ ਸਨ ਤੇ ਕਈ ਵਾਰ ਮਿਸ ਕਰਦੇ ਸਨ ਵਖਰਾ ਬਿੱਲ ਇਹਦਾ ਆਉਂਦਾ ਸੀ ਇਸ ਤੋਂ ਬਾਅਦ ਸਰਕਾਰ ਨੇ ਜਿਹੜਾ ਇਸ ਨੂੰ ਬਿਜਲੀ ਤੇ ਬਿੱਲ ਦੇ ਵਿੱਚ ਹੀ ਐਡ ਕਰ ਦਿੱਤਾ ਤੇ ਕਿਸ਼ਤਾਂ ਦੇ ਰੂਪ ਦੇ ਵਿੱਚ ਜਿਹੜਾ ਕਿ ਪਹਿਲਾਂ 1 ਸਾਲ ਦੇ ਵਿੱਚ 90 ਯੂਰੋ ਦੇਣਾ ਪੈਂਦਾ ਸੀ ਤੇ ਹੁਣ ਜਿਹੜਾ ਮੌਜੂਦਾ ਸਮੇਂ ਵਿੱਚ ਇਸ ਨੂੰ 90 ਤੋਂ 70 ਕੀਤਾ ਗਿਆ ਹੈ ਪਰੰਤੂ ਕੁਝ ਲੋਕਾਂ ਨੇ ਜਿਹੜੇ ਇਸ ਤੋਂ ਬਚ ਸਕਦੇ ਹਨ ਜਿਹੜੇ ਇਹ ਟੈਕਸ ਨਾ ਵੀ ਦੇਣ ਤੇ ਉਹਨਾਂ ਦੇ ਉੱਤੇ ਕੋਈ ਜੁਰਮਾਨਾ ਨਹੀਂ ਲੱਗੇਗਾ ਉਹ ਕਿਹੜੇ ਲੋਕਾਂ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਦੱਸ ਜੀ ਕਿ ਜਿਹੜਾ ਕਾਨੂੰਨ ਕਾਨੂੰਨ ਦੇ ਹਿਸਾਬ ਦੇ ਨਾਲ ਜਿਨ੍ਹਾਂ ਦੇ ਘਰ ਦੇ ਵਿੱਚ ਟੈਲੀਵਿਜ਼ਨ ਪਏ ਹਨ ਟੀਵੀ ਪਏ ਹਨ ਉਹਨਾਂ ਨੂੰ ਜਿਹੜਾ ਇੱਕ ਨਾਨੇ ਰਾਈ ਜਿਹੜਾ ਹੈ ਦੇਣਾ ਪੈਂਦਾ ਹੈ ਹੁਣ ਇਹਦੇ ਵਿੱਚ ਬਚਨ ਦਾ ਇੱਕ ਮੇਨ ਕਰਨ ਇਹ ਹੈ ਕਿ ਜਿਹੜੇ ਬੰਦਿਆਂ ਦੇ ਘਰ ਟੈਲੀਵਿਜ਼ਨ ਨਹੀਂ ਹੈ ਉਹ ਲੋਕ ਕਹਿ ਸਕਦੇ ਹਨ ਕਿ ਸਾਡੇ ਘਰ ਟੀਵੀ ਨਹੀਂ ਹੈ ਇਸ ਤੋਂ ਇਲਾਵਾ ਦੋ ਹੋਰ categories ਵੀ ਹਨ ਜਿਹੜੀਆਂ ਕਿ ਇਸ ਤੋਂ ਬਾਹਰ ਹੋ ਰਹਿ ਸਕਦੀਆਂ ਹਨ ਬੇਸ਼ੱਕ ਉਹਨਾਂ ਦੇ ਘਰ ਦੇ ਵਿੱਚ ਟੈਲੀਵਿਜ਼ਨ ਹੋਵੇ ਇਨਾਂ ਦੇ ਵਿੱਚੋਂ ਜਿਹੜਾ ਨੰਬਰ 1 ਕੇ ਆਉਂਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਉਮਰ ਜਿਹੜੀ ਹੈ ਜੀ 75 ਸਾਲ ਦੀ ਹੋ ਚੁੱਕੀ ਹੈ ਤੇ ਜਿਹੜੀ ਉਹਨਾਂ ਦੀ ਆਮਦਨ ਹੈ 8000 ਯੂਰੋ ਤੋਂ ਜ਼ਿਆਦਾ ਨਹੀਂ ਹੈ ਜਾਂ ਫਿਰ ਇਟਲੀ ਦੇ ਵਿੱਚ ਜਿਹੜੇ ਡਿਪਲੋਮੈਟਸ ਹੁੰਦੇ ਹਨ ਵਿਦੇਸ਼ੀ ਡਿਪਲੋਮੈਟਸ ਜਾਂ ਜਿਹੜੇ ਫੌਜੀ ਵਗੈਰਾ ਇਹਨਾਂ ਨੂੰ ਜਿਹੜਾ ਕਾਨੂੰਨ ਹੈ ਰਾਏ ਹੈ ਜੀ ਪੇ ਕਰਨ ਦੀ ਕੋਈ ਲੋੜ ਨਹੀਂ ਹੈ ਜੇ ਸ਼ਰਤਾਂ ਪੂਰੀਆਂ ਕਰਦੇ ਹਨ ਤੇ ਦੂਜੀ categories ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਹੈ ਕਿ ਜਿਨ੍ਹਾਂ ਲੋਕਾਂ ਦੇ ਘਰ ਦੇ ਵਿੱਚ ਟੀਵੀ ਨਹੀਂ ਹਨ ਉਸ ਇਸ ਚੀਜ਼ ਦੀ ਜਿਹੜੀ ਹੈ ਜੀ ਡਿਕਰਾਸੋਨੀ ਦੇ ਸਕਦੇ ਹਨ ਜਾ ਕੁਛ ਨਾ ਕਰ ਸਕਦੇ। ਇਹਦੇ ਵਿੱਚ ਜਿਹੜਾ ਰਜਿਸਟਰਡ ਇੱਕ ਤੁਹਾਨੂੰ ਜਿਹੜਾ ਲੈਟਰ ਉਹਨਾਂ ਨੂੰ ਭੇਜਣਾ ਪਵੇਗਾ। ਚਲਦੇ ਹਾਂ ਜੀ ਦੂਸਰੀ ਖਬਰ ਦੇ ਉੱਤੇ ਤੁਸੀਂ ਲੰਬੇ ਸਮੇਂ ਤੋਂ ਕਾਫੀ ਸਾਲਾਂ ਤੋਂ ਸੁਣ ਰਹੇ ਹੋ ਕਿ ਹੁਣ ਜਿਹੜਾ ਪਰਮਾਣੂ ਯੁੱਧ ਹੈ ਜੀ ਇਹ ਲੱਗ ਸਕਦਾ ਹੈ ਦੁਨੀਆ ਜਿਹੜੀ ਇਸ ਪਾਸੇ ਨੂੰ ਜਾ ਰਹੀ ਹੈ, World War ਹੋ ਸਕਦੀ ਹੈ। ਤੇ ਪਹਿਲਾਂ ਤਾਂ ਜਿਹੜੀਆਂ ਗੱਲਾਂ ਲੋਕਾਂ ਨੂੰ ਲੱਗਦੀਆਂ ਸਨ ਕਿ ਸ਼ਾਇਦ ਜਿਹੜੀਆਂ ਅਫਵਾਹਾਂ ਹਨ। ਪਰੰਤੂ ਹੌਲੀ-ਹੌਲੀ ਜਿਹੜਾ ਸੀਨ ਹੈ ਜੇ ਇਹੋ ਜਿਹਾ ਕ੍ਰੀਏਟ ਹੋ ਰਿਹਾ ਕਿ ਲੋਕਾਂ ਨੂੰ ਜਿਹੜੀਆਂ ਗੱਲਾਂ ਸੱਚ ਲੱਗ ਰਹੀਆਂ ਹਨ। ਜਿਵੇਂ ਕਿ ਇਸ ਸਮੇਂ ਦੁਨੀਆ ਦੇ ਵਿੱਚ ਕਾਫੀ ਜ਼ਿਆਦਾ ਲੜਾਈਆਂ ਕਈ ਪਾਸੇ ਚੱਲੀਆਂ ਹੋਈਆਂ ਹਨ ਹੁਣ ਇਹਦੇ ਵਿੱਚ ਜਿਹੜਾ ਬਾਈਡਨ ਦੇ ਵੱਲੋਂ ਜਿਹੜਾ ਇੱਕ ਸੰਧੀ ਦੇ ਉੱਤੇ ਸਾਈਨ ਕੀਤੇ ਗਏ ਹਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਕੀਵ ਨੂੰ ਯਾਨੀ ਕਿ ਯੂਕਰੇਨ ਨੂੰ ਉਹਨਾਂ ਦੇ ਵੱਲੋਂ ਹੋਰ ਜ਼ਿਆਦਾ ਮਦਦ ਭੇਜੀ ਜਾਵੇਗੀ ਮਿਜ਼ਾਈਲਾਂ ਵਗੈਰਾ ਵੀ ਭੇਜੀਆਂ ਜਾ ਚੁੱਕੀਆਂ ਹਨ ਚੁੱਪ-ਚਾਪ ਤਰੀਕੇ ਦੇ ਨਾਲ ਤੇ ਨਾਲ ਹੀ ਅਮਰੀਕਾ ਦੇ ਵੱਲੋਂ ਜਿਹੜਾ ਮਾਸਕੋ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਜਿਹਦੇ ਵਿੱਚ ਇਹਨਾਂ ਨੇ ਹੁਣ ਸਿੱਧਾ ਹੀ ਕਹਿ ਦਿੱਤਾ ਹੈ ਅਮਰੀਕਾ ਨੇ ਕਿ ਜੇ ਨਾਟੋ ਦੇ ਕਿਸੇ ਵੀ ਦੇਸ਼ ਦੇ ਉੱਤੇ ਕੋਈ ਅਟੈਕ ਹੁੰਦਾ ਹੈ ਤਾਂ ਅਸੀਂ ਜਿਹੜਾ ਇਸ ਦਾ ਜਵਾਬ ਦੇਵਾਂਗੇ ਹੁਣ ਤੁਹਾਨੂੰ ਇਹ ਇਟਲੀ ਦੇ ਨਾਲ ਸੰਬੰਧਿਤ ਜਿਹੜੀ ਖਬਰ ਦੱਸਣ ਜਾ ਰਹੇ ਹਾਂ ਜਿਹਦੇ ਨਾਲ ਜਿਹੜਾ ਇੱਕ ਸੁਣ ਕੇ ਸ਼ਾਇਦ ਜਿਹੜਾ ਕਿਸੇ ਨੂੰ ਫਾਇਦਾ ਵੀ ਹੋ ਸਕਦਾ ਹੈ ਇਟਲੀ ਦੇ ਤੁਹਾਨੂੰ ਕੁਝ ਇਹੋ ਜਿਹੇ ਕਮੂਨੇ ਦੱਸਾਂਗੇ ਇਹ ਜਿਹੜਾ ਤੁਹਾਨੂੰ ਡਾਟਾ ਦੱਸਣ ਜਾ ਰਹੇ ਹਾਂ ਜਿਹੜੀ ਮਿਨਿਸਟਰੀ ਆਫ ਇਕਨੋਮੀ ਐਂਡ ਫਾਈਨੈਂਸ ਹੈ ਜੀ ਇਟਲੀ ਦੀ ਉਸ ਦੇ ਦੁਆਰਾ ਇਹ ਪਬਲਿਸ਼ ਕੀਤਾ ਗਿਆ ਹੈ ਇਟਲੀ ਦੇ ਵਿੱਚ ਇੱਕ ਇਲਾਕਾ ਪੈਂਦਾ ਹੈ ਪੋਰਟੋਫੀਨੋ ਜਿਹੜੀ ਇੱਥੋਂ ਦੀ ਆਮਦਨ ਹੈ ਜੀ 90610 ਯੂਰੋ ਜਿਹੜੀ ਐਵਰੇਜ ਨਿਕਲਦੀ ਹੈ ਇਟਲੀ ਦਾ ਸਭ ਤੋਂ ਜਿਹੜਾ ਅਮੀਰ ਇਲਾਕਾ ਇਹ ਹੈ ਤੇ ਜੇ ਤੁਹਾਨੂੰ ਮਿਲਾਨੋ ਦਾ ਦੱਸੀਏ ਕਿ ਕਿੰਨੀ ਐਵਰੇਜ ਨਿਕਲਦੀ ਤੇ ਮਿਲਾਨ ਦੀ ਜਿਹੜੀ ਐਵਰੇਜ ਹੈ ਜੀ 35282 ਤੇ ਪੋਰਟੋਫੀਨੋ ਦੀ ਜਿਹੜੀ ਐਵਰੇਜ ਹੈ ਜੀ 90610 ਇਹ ਜਿਹੜੀ ਗੱਲ ਕੀਤੀ ਜਾ ਰਹੀ ਹੈ ਯੂਰੋ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਇਹ ਮਤਲਬ ਕਿ ਐਵਰੇਜ ਇਨਕਮ ਦੱਸੀ ਜਾ ਰਹੀ ਹੈ ਟੋਟਲ ਜਿਹੜੇ 30 ਕਮੂਨੇ ਗੱਡੀ ਹੈ ਨ ਪੂਰੀ ਇਟਲੀ ਦੇ ਵਿੱਚੋਂ ਜਿਹਦੇ ਵਿੱਚ ਮੈਕਸਿਮਮ ਜਿਹੜਾ ਹੈ ਜੀ ਪੋਰਟੋਫੀਨੋ 90610 ਯੂਰੋ ਦੀ ਐਵਰੇਜ ਆਮਦਨ ਤੇ 33ਵੇਂ ਨੰਬਰ ਦੇ ਉੱਤੇ ਜਿਹੜਾ ਆ ਰਿਹਾ ਹੈ ਜੀ ਉਸ ਦਾ ਨਾਮ ਹੈ ਮੂਸੋ ਜਿਸ ਦੀ ਐਵਰੇਜ ਇਨਕਮ ਹੈ 31895 ਯੂਰੋ ਹੁਣ ਇਹਨਾਂ 30 ਕਮੂਨਿਆਂ ਦੇ ਵਿੱਚੋਂ ਤਕਰੀਬਨ ਜਿਹੜੇ 17 ਲੁੰਬਾਰਦੀਆ ਦੇ ਵਿੱਚ ਪੈਂਦੇ ਹਨ ਹੁਣ ਚਲਦੇ ਹਾਂ ਜੀ ਨੈਕਸਟ ਖਬਰ ਦੇ ਉੱਤੇ ਨੈਕਸਟ ਖਬਰ ਜਿਹੜੀ ਹੈ ਜੀ ਜਿਨ੍ਹਾਂ ਲੋਕਾਂ ਦੇ ਕੋਲ ਗੱਡੀਆਂ ਹਨ ਉਹਨਾਂ ਦੇ ਵਾਸਤੇ ਵਧੀਆ ਖਬਰ ਨਹੀਂ ਹੈ ਹੋ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਗੱਡੀਆਂ ਹਨ ਇੱਕ ਖਬਰ ਸੁਣ ਕੇ ਜਿਹੜੀ ਉਹਨਾਂ ਨੂੰ ਚਿੰਤਾ ਪੈ ਜਾਵੇ। ਇੱਕ ਕਾਨੂੰਨ ਜਿਹੜਾ ਕਿ ਜਿਸ ਦੀ ਸਟਾਰਟਿੰਗ ਹੋ ਰਹੀ ਹੈ। ਲੁੰਬਾਰਡਿਆ ਦੀ ਰਾਜਤਾਨੀ ਮਿਲਾਨ 1 ਅਕਤੂਬਰ 2024 ਇਸ ਵਿੱਚ ਕੀ ਹੋਏਗਾ ਕਿ ਐਰੋ 3 ਜਿਹੜੀਆਂ ਪੈਟਰੋਲ ਕਾਰਾਂ ਹਨ ਜਿਹੜਾ ਏਰੀਆ ਸੀ ਪੈਂਦਾ ਹੈ ਮਿਲਾਨ ਦਾ ਉਹਦੇ ਵਿੱਚ ਜਿਹੜੀਆਂ ਇਹ ਕਾਰਾਂ ਨਹੀਂ ਚੱਲ ਸਕਦੀਆਂ। ਜੇ ਆਪਾਂ ਗੱਲ ਕਰੀਏ ਰੋਮ ਦੀ ਤਾਂ ਉੱਥੇ ਜਿਹੜਾ ਫਿਲਹਾਲ ਇਹ ਚੱਲ ਰਿਹਾ ਹੈ ਕਿ ਜਿਹੜੀਆਂ ਪੈਟਰੋਲ ਗੱਡੀਆਂ ਜਿਨ੍ਹਾਂ ਦੇ ਵਿੱਚ ਜਿਹੜੀਆਂ ਐਰੋ 2 ਤੋਂ ਉੱਪਰ ਵਾਲੀਆਂ ਕੈਟਾਗਰੀਆਂ ਹਨ ਉਹੀ ਸ਼ਹਿਰ ਦੇ ਵਿੱਚ ਐਂਟਰ ਹੋ ਸਕਦੀਆਂ ਹਨ ਕਈ ਵਾਰ ਰੋਮ ਦੇ ਵਿੱਚ ਕੀ ਹੋਇਆ ਹੈ ਕਿ ਜਿਹੜੀਆਂ ਐਰੋ 3 ਗੱਡੀਆਂ ਹਨ ਪੈਟਰੋਲ ਕਾਰਾਂ ਇਹਨਾਂ ਨੂੰ ਵੀ ਬਲੌਕ ਕੀਤਾ ਗਿਆ ਹੈ ਕਈ ਵਾਰ ਜਿਹੜੀ ਸਿਚੁਏਸ਼ਨ ਹੈ ਜਿ ਜਦਾਂ ਕਿ ਸਮੋਗ ਵਗੈਰਾ ਬਹੁਤ ਹੋ ਜਾਂਦੀ ਹੈ ਤੇ ਜਦਾਂ ਕਿ এনवायरमेंट ਦੀ ਜਿਹੜੀ ਸਮੱਸਿਆ ਜਦੋਂ ਜਦੋਂ ਪੈਦਾ ਹੁੰਦੀ ਹੈ ਉਸ ਟਾਈਮ ਇਹਨਾਂ ਨੂੰ ਵੀ ਕਈ ਵਾਰ ਜਿਹੜਾ ਬਲੌਕ ਉੱਥੇ ਕੀਤਾ ਗਿਆ ਹੈ ਖਬਰ ਤਾਂ ਨਿਕਲ ਕੇ ਵੀ ਆ ਰਹੀ ਹੈ ਕਿ ਜਿਹੜੀਆਂ ਗੱਡੀਆਂ 2015 ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਹਨ ਇਨਾ ਦੇ ਉੱਤੇ ਵੀ ਜਿਹੜਾ ਕੋਈ ਨਾ ਕੋਈ ਫੈਸਲਾ ਜਲਦ ਹੀ ਆ ਸਕਦਾ ਹੈ ਕਿਉਂਕਿ ਯੂਰਪੀਅਨ ਕਮਿਸ਼ਨ ਜਿਹੜਾ ਹੈ ਜੀ ਕਾਫੀ ਲੰਬੇ ਸਮੇਂ ਤੋਂ ਇਸ ਚੀਜ਼ ਦੇ ਉੱਤੇ ਜਿਹੜਾ এনवायरमेंट ਹੈ ਉਹਦੇ ਉੱਤੇ ਨਜ਼ਰ ਰੱਖ ਰਿਹਾ ਯੂਰਪ ਦੀ ਤੇ ਯੂਰਪ ਦੇ ਵਿੱਚ ਜਿਹੜਾ ਇਸ ਟਾਈਮ এনवायरमेंट ਹੈ ਜੀ ਕਾਫੀ ਜ਼ਿਆਦਾ ਖਰਾਬ ਹੋ ਚੁੱਕਾ ਹੈ ਤੇ ਦਾ ਜਿਹੜਾ ਇੱਕ ਕਾਰਨ ਇਸ ਚੀਜ਼ ਨੂੰ ਮੰਨਿਆ ਜਾਂਦਾ ਹੈ ਕਿ ਇਟਲੀ ਦੇ ਵਿੱਚ ਜਿਹੜੀਆਂ ਪੁਰਾਣੀਆਂ ਕਾਰਾਂ ਦਾ ਫਲੀਟ ਹੈ ਜੀ ਪੂਰੇ ਯੂਰਪ ਵਿੱਚ ਸਭ ਤੋਂ ਜ਼ਿਆਦਾ ਇਟਲੀ ਦੇ ਵਿੱਚ ਹੀ ਹੈ ਹੁਣ ਚਲਦੇ ਹਾਂ ਜੀ ਕਰੰਸੀ ਰੇਟ ਦੇ ਉੱਪਰ ਕੈਨੇਡਾ ਦਾ 1 ਡਾਲਰ 60 ਰੁਪਏ 82 ਪੈਸੇ ਅਮਰੀਕਨ ਡਾਲਰ 83 ਰੁਪਏ 33 ਪੈਸੇ ਆਸਟ੍ਰੇਲੀਆ ਦਾ 1 ਡਾਲਰ 40 ਰੁਪਏ 16 ਪੈਸੇ ਇੰਗਲੈਂਡ ਦਾ 1 ਪਾਉਂਡ 103 ਰੁਪਏ 79 ਪੈਸੇ ਦੁਬਈ ਦਾ ਦਰਮਾ 22 ਰੁਪਏ 79 ਪੈਸੇ ਨਿਊਜ਼ੀਲੈਂਡ ਦਾ ਡਾਲਰ 90 ਰੁਪਏ 45 ਪੈਸੇ ਤੇ ਯੂਰੋ ਦਾ ਰੇਟ 99 ਰੁਪਏ 13 ਪੈਸੇ ਦੇ ਉੱਤੇ ਆਇਆ ਹੈ ਕੱਲ ਨਾਲੋਂ ਰੇਟ ਜਿਹੜਾ ਹੈ ਥੋੜਾ ਜਿਹਾ ਉੱਪਰ ਗਿਆ ਹੈ ਬਾਕੀ ਤੁਸੀਂ ਕੋਈ ਸਮਾਂ ਪਹਿਲਾਂ ਸੁਣਿਆ ਸੀ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਦੀ ਮੌਤ ਹੋ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਹਾਰਟ ਅਟੈਕ ਹੋ ਰਿਹਾ ਹੈ ਜਵਾਨ ਜਵਾਨ ਮ ਉਨ੍ਹਾਂ ਦੀ ਜਿਹੜੀ ਜਾਨ ਜਾ ਰਹੀ ਹੈ ਹੁਣ ਫਰਾਂਸ ਦੇ ਵਿੱਚੋਂ ਵੀ ਇਹੋ ਜਿਹੇ ਦਰਦਨਾਕ ਮੌਤਾਂ ਦਾ ਜਿਹੜਾ ਸਿਲਸਿਲਾ ਹੈ ਜੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਵੀ ਕਈ ਮੌਤਾਂ ਹੋਈਆਂ ਹਨ ਹੁਣ ਫਰਾਂਸ ਵਿੱਚ ਇੱਕ ਹੋਰ ਪੰਜਾਬੀ ਦੀ ਮੌਤ ਹੋਣ ਦੀ ਜਿਹੜੀ ਖਬਰ ਆਈ ਹੈ ਨਾਮ ਹੈ ਜੀ ਮਨਜਿੰਦਰ ਸਿੰਘ ਜਿਹਦਾ ਪਿਸ਼ੋਕੜ ਹੈ ਜੀ ਪਿੰਡ ਨੰਗਲ ਲਵਾਨਾ ਜ਼ਿਲ੍ਹਾ ਕਪੂਰਸਲਾ ਦੇ ਵਿੱਚੋਂ ਪੈਂਦਾ ਹੈ ਇਸ ਨੌਜਵਾਨ ਨੇ ਪਹਿਲਾਂ ਇੰਡੀਆ ਦੇ ਵਿੱਚ ਇੰਡੀਅਨ ਫੌਜ ਦੇ ਵਿੱਚ ਨੌਕਰੀ ਵੀ ਕੀਤੀ ਸੀ ਤੇ ਫਰਾਂਸ ਬਾਅਦ ਵਿੱਚ ਚਲਾ ਜਾਂਦਾ ਹੈ ਜਿਸ ਟਾਈਮ ਮੇ ਮਨਜਿੰਦਰ ਸਿੰਘ ਬਾਥਰੂਮ ਦੇ ਵਿੱਚ ਜਾ ਕੇ ਜਿਹੜਾ ਇਸ਼ਨਾਨ ਵਗੈਰਾ ਕਰ ਰਿਹਾ ਸੀ ਦੱਸਿਆ ਗਿਆ ਕਿ ਉਸੇ ਵਕਤ ਬ੍ਰੇਨ ਹੈਮਰੇਜ ਹੋ ਜਾਂਦਾ ਹੈ ਮਤਲਬ ਕਿ ਦਿਮਾਗ ਦੀ ਜਿਹੜੀ ਨਾੜੀ ਹੈ ਜੀ ਉਹ ਫਟ ਜਾਂਦੀ ਹੈ ਤੇ ਨਾਲ ਰਹਿੰਦੇ ਜਿਹੜੇ ਉਸਦੇ ਦੋਸਤ ਸਨ ਉਹਨਾਂ ਨੇ ਉਸ ਨੂੰ ਹਸਪੀਟਲ ਦੇ ਵਿੱਚ ਵੀ ਪਹੁੰਚਾਇਆ ਮੌਕੇ ਦੇ ਉੱਤੇ ਹੀ ਪਰੰਤੂ ਡਾਕਟਰਾਂ ਨੇ ਕੋਸ਼ਿਸ਼ ਕੀਤੀ ਪਰੰਤੂ ਜਾਨ ਜਿਹੜੀ ਨਹੀਂ ਬਚਾ ਸਕੇ ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਹੀ ਸ਼ਹਿਰਪੁਰ ਦਾ ਪਿੰਡ ਦਬਰਜੀ ਪਿੰਡ ਦਾ ਜਿੱਥੋਂ ਦੇ ਰਹਿਣ ਵਾਲੇ ਜਗਤਵਿੰਦਰ ਸਿੰਘ ਜਿਨ੍ਹਾਂ ਦੀ ਉਮਰ 46 ਸਾਲ ਦੀ ਸੀ ਇਹਨਾਂ ਦੀ ਵੀ ਡੈਥ ਫਰਾਂਸ ਦੇ ਵਿੱਚ ਹੋ ਗਈ ਸੀ ਇਹਨਾਂ ਦਾ ਵੀ ਫਰਾਂਸ ਦੇ ਵਿੱਚ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ। ਬਾਕੀ ਗੱਲ ਕਰ ਲਈਏ ਮੋਬਾਈਲ ਦੀ। ਬਹੁਤ ਸਾਰੇ ਮੋਬਾਈਲ ਦੇ ਉੱਤੇ ਲੋਕ ਜਿਹੜੇ ਹਨ ਗੇਮਾਂ ਖੇਡਦੇ ਹਨ। ਤੇ ਆਮ ਲੋਕ ਇਹੀ ਸੋਚਦੇ ਹਨ ਕਿ ਜਿਹੜਾ ਇਹ ਸਮਾਂ ਬਰਬਾਦ ਕਰ ਰਹੇ ਹਨ ਪਰੰਤੂ ਇੱਕ ਬੰਦੇ ਨੂੰ ਜਿਹੜਾ ਮੋਬਾਈਲ ਦੇ ਉੱਤੇ ਖੇਡਣਾ ਜਿਹੜਾ ਉਸ ਦੀ ਜ਼ਿੰਦਗੀ ਹੀ ਬਦਲ ਗਈ ਤੇ 1.5 ਕਰੋੜ ਦਾ ਮਾਲਕ ਬਣਿਆ। ਇਸ ਸ਼ਖਸ ਨੇ ਕੀ ਕੀਤਾ ਕਿ ਇੱਕ ਮੈਚ ਚੱਲ ਰਿਹਾ ਸੀ ਕੇਕੇਆਰ ਤੇ ਆਰਸੀਬੀ ਦੇ ਵਿਚਾਲੇ। ਤੇ ਇਸ ਦੌਰਾਨ ਇਸਨੇ ਇੱਕ ਐਪ ਪਾਈਂਦੀ ਹੈ ਡ੍ਰੀਮ 11 ਮੋਬਾਈਲ ਗੇਮਿੰਗ ਐਪ। ਇਹਦੇ ਤੇ ਆਪਣੀ ਇੱਕ ਟੀਮ ਬਣਾ ਲਈ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਖਿਡਾਰੀ ਸਨ ਉਹਨਾਂ ਨੂੰ ਚੁਣਿਆ ਉਸ ਤੋਂ ਬਾਅਦ ਕੀ ਹੋਇਆ ਕਿ ਉਸ ਦਾ ਜਿਹੜਾ ਅੰਦਾਜ਼ਾ ਜਿਸ ਤਰ੍ਹਾਂ ਕਿ ਉਸ ਨੇ ਲਾਇਆ ਸੀ ਇੰਨਾ ਜ਼ਿਆਦਾ ਸਹੀ ਨਿਕਲਿਆ ਕਿ 1.5 ਕਰੋੜ ਰੁਪਏ ਦੀ ਜਿਹੜੀ ਇਨਾਮ ਦੀ ਰਾਸ਼ੀ ਇਸ ਨੌਜਵਾਨ ਨੇ ਜਿੱਤੀ ਇਹ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਸੀ ਜਿਸ ਟਾਈਮ ਇਹ ਲੜਕਾ ਗੇਮ ਖੇਡ ਰਿਹਾ ਸੀ ਇਸ ਦੀ ਜੇਬ ਦੇ ਵਿੱਚ ਦੱਸਿਆ ਗਿਆ ਕਿ ਸਿਰਫ 60 ਰੁਪਏ ਸਨ ਜਿਹੜੇ ਉਸ ਨੇ ਆਪਣੇ ਬੱਚੇ ਦੇ ਵਾਸਤੇ ਦੁੱਧ ਖਰੀਦਣ ਦੇ ਵਾਸਤੇ ਰੱਖੇ ਹੋਏ ਸਨ ਪਰੰਤੂ ਉਸ ਦਿਨ ਉਸਨੇ ਜਿਹੜਾ ਆਪਣਾ ਰਾਹਦਾ ਬਦਲਿਆ ਤੇ 60 ਰੁਪਏ ਜਿਹੜੇ ਸਾਰੇ ਹੀ ਗੇਮ ਦੇ ਵਿੱਚ ਲਾ ਦਿੱਤੇ ਗਏ ਜਿਹਦੇ ਕਾਰਨ ਕੀ ਹੋਇਆ ਕਿ ਉਸ ਦੀ ਕਿਸਮਤ ਬਦਲੀ ਤੇ ਉਹ ਰਾਤੋਂ ਰਾਤ ਕਰੋੜਪਤੀ ਬਣਿਆ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੀ 1.5 ਕਰੋੜ ਦੀ ਰਕਮ ਹੈ ਜੀ ਉਸ ਦੇ ਖਾਤੇ ਦੇ ਵਿੱਚ ਟ੍ਰਾਂਸਫਰ ਵੀ ਕਰ ਦਿੱਤੀ ਗਈ ਹੈ ਤੇ ਹੁਣ ਇਸ ਨੌਜਵਾਨ ਨੂੰ ਸਮਝ ਨਹੀਂ ਆ ਰਿਹਾ ਕਿ ਉਹ 1.5 ਕਰੋੜ ਰੁਪਏ ਕਿੱਥੇ ਖਰਚੇ ਬਾਕੀ ਹੁਣ ਕੁਝ ਕਮੈਂਟ ਜਿਹੜੇ ਹਨ ਇਹਨਾਂ ਦਾ ਜਵਾਬ ਦਿਈਏ ਅਮਰਿਤਪਾਲ ਸਿੰਘ ਜੀ ਪੁੱਛਦੇ ਹਨ ਕਿ ਨੂੰਲੇ ਉਸਤੇ ਦੇ ਉੱਤੇ ਜਿਹੜਾ ਨਾਮ ਹੈ ਜੀ ਉਹ ਗਲਤ ਹੋ ਗਿਆ ਹੈ ਕਿ ਉਹ ਠੀਕ ਹੋ ਜਾਂਦਾ ਹੈ ਤੇ ਹਾਂਜੀ ਬਿਲਕੁਲ ਠੀਕ ਹੋ ਜਾਂਦਾ ਜਿਨ੍ਹਾਂ ਨੇ ਤੁਨੂਲਾ ਉਸਤਾ ਬਣਵਾਇਆ ਹੈ ਉਹ ਜਾ ਕੇ ਇੱਥੇ ਆਫਿਸ ਦੇ ਵਿੱਚ ਕਲੈਕਸ਼ਨ ਇਸ ਦੀ ਕਰਵਾ ਸਕਦੇ ਹਨ ਕੋਈ ਦਿੱਕਤ ਨਹੀਂ ਹੈ ਬਲਵਿੰਦਰ ਕੌਰ ਜੀ ਕਹਿ ਰਹੇ ਹਨ ਕਿ ਉਹਨਾਂ ਦੇ ਜਿਹੜੇ ਫਿੰਗਰ 2023 ਦੇ ਵਿੱਚ ਹੋਏ ਸਨ ਤੇ ਅਜੇ ਤੱਕ ਵੀ ਜਿਹੜੀ ਉਹਨਾਂ ਨੂੰ ਸਜੋਰ ਨੂੰ ਨਹੀਂ ਮਿਲੀ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ 10 ਮਹੀਨਿਆਂ ਜਿਹੜਾ ਸਮਾਂ ਹੈ ਉਹ ਨਿਕਲ ਚੁੱਕਾ ਹੈ ਇਹਨਾਂ ਨੇ ਜਿਹੜਾ ਦੱਸਿਆ ਹੈ ਜੀ ਇਲਾਕਾ ਮੰਤੋ ਦਾ ਬਾਕੀ ਹੁਣ ਸੋਨੇ ਦਾ ਰੇਟ ਦੱਸ ਜੀ ਕਿ ਬੱਤ ਤਰ ਹਜ਼ਾਰ 650 ਰੁਪਏ ਜਿਹੜਾ ਚੱਲ ਰਿਹਾ ਹੈ ਜੀ ਇੱਕ ਟੋਲੇ ਦਾ ਰੇਟ 24 ਕੈਰਟ ਦਾ ਤੇ ਜਿਹੜਾ 22 ਕੈਰਟ ਸੋਨਾ ਹੈ ਜੀ ਇਹਦਾ ਰੇਟ ਛੇ ਹਜ਼ਾਰ 600 ਰੁਪਏ ਦੇ ਉੱਪਰ ਚੱਲ ਰਿਹਾ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ